ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਉਹਨਾਂ ਗੁਰਮੁਖਾਂ ਨੇ ਦੇਖੋ, ਜਦੋਂ ਯੁੱਧ ਦੇ ਵਿੱਚ ਲੜਦੇ, ਜੂਝਦੇ, ਜਿਨ੍ਹਾਂ ਜਿਨ੍ਹਾਂ ਜੀਵਾਂ ਦੇ ਉੱਪਰ ਉਹਨਾਂ ਦੀ ਦ੍ਰਿਸ਼ਟੀ ਪੈਂਦੀ, ਭਾਵੇਂ ਉਹ ਦੇਹ ਛੱਡ ਜਾਂਦੇ, ਉਹਨਾਂ ਦਾ ਵੀ ਭਲਾ ਹੋ ਜਾਂਦਾ। ਮਹਾਰਾਜ ਕੀ ਕਹਿੰਦੇ? ਕਹਿੰਦੇ, ਜੋ ਮਿਲਿਆ ਹਰ ਦਬਾਨ ਸੇ, ਸਭੀ ਦਬਾਨੀ ਮਿਲਿਆ, ਜਿੱਥੇ ਜਾਏ ਤਿੱਥੇ ਉਹ ਸੁਰਖਰੂ, ਤਿਸ ਕੇ ਮੂੰਹ ਡਿੱਠੇ ਸਭ ਪਾਪੀ ਤਰਿਆ। ਉਹਨਾਂ ਦਾ ਵੀ ਭਲਾ ਹੋਇਆ, ਉਹਨਾਂ ਨੂੰ ਦੁਆਰੇ ਮਾਨਸ ਜਾਮਾ ਮਿਲਿਆ ਕਿ ਭਗਤੀ ਕਰ ਲੈਣ, ਸੁੱਖ ਲੈ ਲੈਣ, ਆਨੰਦ ਦੀ ਅਵਸਥਾ ਵਿੱਚ ਜਾਣ। ਇਸ ਕਰਕੇ ਦੇਖੋ, ਸਾਨੂੰ ਕਈ ਵਾਰੀ ਭੁਲੇਖਾ ਪੈ ਜਾਂਦਾ ਕਿ ਦਸਵੇਂ ਪਾਤਸ਼ਾਹ ਨੇ ਯੁੱਧ ਕਿਉਂ ਕੀਤੇ। ਉਹ ਜਿਹੜੇ ਸਾਡੇ ਮਨ ਸਹੁੰ ਚੁੱਕੇ ਸਨ, ਜਿਨ੍ਹਾਂ ਦੀ ਰਸਨਾ 'ਤੇ ਇਹ ਸਰੀਰ ਦੇ ਵਿੱਚ ਕ੍ਰੋਧ ਬੋਲਦਾ, ਲੋਭ ਬੋਲਦਾ, ਇਹ ਪੰਜੇ ਜਣੇ ਬੋਲਦੇ, ਇਹਨਾਂ ਦੇ ਨਾਲ ਯੁੱਧ ਹੋਇਆ, ਨਾ ਕਿ ਮਨ ਦੇ ਨਾਲ। ਮਨ ਨੂੰ ਤਾਂ ਆਜ਼ਾਦ ਕਰਾਉਣਾ ਸੀ। ਜਦੋਂ ਮਨ ਜਾਗ ਪੈਂਦਾ, ਫਿਰ ਉਹ ਪਿਆਰ ਦੀ ਭਾਸ਼ਾ ਸਮਝ ਆਉਂਦਾ, ਚਾਹੇ ਸਿਮਰਨ ਕਰਕੇ ਜਾਗੇ, ਨਹੀਂ ਤਾਂ ਅੰਤ ਸਮੇਂ ਜਾਗਿਆ, ਜਿਹੋ ਜਿਹਾ ਜਾਗਿਆ, ਜਿਹੋ ਜਿਹਾ ਨਾ ਜਾਗਿਆ, ਉਹ ਤਾਂ ਸਮਾਂ ਹੀ ਖਤਮ ਹੋ ਗਿਆ। ਇਸ ਕਰਕੇ ਆਪਾਂ ਗੁਰੂ ਦੀ ਮੱਤ ਦੁਆਰਾ ਪਹਿਲਾਂ ਇਸ ਮਨ ਨੂੰ ਜਗਾ ਰਹੇ ਕਿ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਦੇਖੋ, ਦਸਵੇਂ ਪਾਤਸ਼ਾਹ ਨੇ ਆਪਦੇ ਪਿਤਾ ਨੂੰ ਸ਼ਹੀਦੀ ਦੇਣ ਵਾਸਤੇ ਬੇਨਤੀ ਕੀਤੀ, ਅਤੇ ਜੇ ਉਹਨਾਂ ਦੇ ਮਨ 'ਚ ਇਹ ਹੁੰਦਾ ਕਿ ਇਹ ਪੰਡਿਤ ਕੋਈ ਹੋਰ ਨੇ, ਮੁਸਲਮਾਨ ਕੋਈ ਹੋਰ ਹੈ ਕਿ ਦੂਜਾ ਕੋਈ ਹੋਰ ਹੈ, ਅਤੇ ਇਸ ਤੋਂ ਪਿਤਾ ਤੋਂ ਵੱਡਾ ਸੰਸਾਰ ਦੇ ਵਿੱਚ ਕੋਈ ਰਿਸ਼ਤਾ ਨਹੀਂ। ਮਾਤਾ ਪਿਤਾ ਦੀ ਜੀਵ ਨੂੰ ਹਰ ਵੇਲੇ ਲੋੜ ਹੈ, ਅਤੇ ਉਹ ਵੀ 9 ਸਾਲ ਦੀ ਉਮਰ। ਦੇਖੋ, ਐਸਾ ਪਿਆਰ ਸੀ ਉਹਨਾਂ ਦੇ ਅੰਦਰ। ਫਿਰ ਉਹਨਾਂ ਦੇ ਪਿਆਰ ਦਾ ਸਬੂਤ ਭਾਈ ਘਨੱਈਆ ਜੀ, ਕਿਉਂਕਿ ਜਿਹੋ ਜਿਹਾ ਸਤਿਗੁਰ ਹੁੰਦਾ ਉਹਦਾ ਸਿੱਖ ਵੀ ਉਸੇ ਤਰ੍ਹਾਂ ਦਾ ਹੁੰਦਾ, ਨਹੀਂ ਤਾਂ ਉਹਦੇ ਅੰਦਰ ਵੀ ਦੁਬਧਾ ਹੋਣੀ ਸੀ, ਜਿਹਨੇ ਉਹਨਾਂ ਨੂੰ ਪਛਾਣ ਲਿਆ, ਪਿਆਰ ਸੀ। ਹੁਣ ਦੇਖੋ, ਦਸਵੇਂ ਪਾਤਸ਼ਾਹ ਸਨ, ਇੱਕ ਤਾਂ ਉਹਨਾਂ ਦਾ ਸਰੀਰ ਸੀ ਜਿਹੜਾ 5 ਤੱਤਾਂ ਦਾ ਬਣਿਆ, ਜਿਵੇਂ ਆਪਣਾ ਸਾਰਿਆਂ ਦਾ ਬਣਿਆ। ਇੱਕ ਜੋ ਉਹਨਾਂ ਦਾ ਮਨ ਸੀ, ਉਹ ਪ੍ਰਕਾਸ਼ ਰੂਪ ਸੀ, ਔਰ ਮਨ ਦੀ ਐਸੀ ਅਵਸਥਾ ਸੀ ਕਿ ਉਹ ਸੱਚ ਸਮਾ ਚੁੱਕਿਆ ਸੀ, ਸੱਚ ਦਾ ਰੂਪ ਸੀ ਉਹਨਾਂ ਦੇ ਵਿੱਚ, ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਸੀ, ਜਿਸ ਨੂੰ ਕਹਿੰਦੇ ਗੁਰ ਪਰਮੇਸ਼ਰ ਇੱਕੋ ਜਾਨ। ਭਾਈ ਘਨੱਈਆ ਜੀ ਨੇ ਉਸ ਦੀ ਪਹਿਚਾਣ ਕਰ ਲਈ ਸੀ, ਇਸ ਕਰਕੇ ਉਹਨਾਂ ਦੇ ਅੰਦਰ ਨਾਮ ਵਸ ਗਿਆ। ਮਹਾਰਾਜ ਕੀ ਕਹਿੰਦੇ? ਕਹਿੰਦੇ, ਉਰਤਾਰੇ ਅੰਤਰ ਜੋ ਨਾਮ ਸਰਬਮੇ ਪੇਖੇ ਭਗਵਾਨ, ਨਿਮਖ ਨਿਮਖ ਠਾਕਰ ਨਮਸਕਾਰੇ, ਨਾਨਕ ਉਹ ਅਪਰਸ ਸਗਲ ਨਿਸਤਾਰੇ। ਹੁਣ ਜਦੋਂ ਉਹ ਪਾਣੀ ਪਿਆਉਂਦੇ, ਉਹਨਾਂ ਨੂੰ ਤਾਂ ਆਕਾਰ ਨੂੰ ਤਾਂ ਦੇਖਦੇ ਨਹੀਂ ਸੀ, ਉਹ ਤਾਂ ਅੰਦਰ ਜੋਤ ਨੂੰ ਦੇਖਦੇ, ਜੋਤ ਇੱਕੋ ਸੱਚ ਸਾਰਿਆਂ ਦੇ ਅੰਦਰ ਬੈਠਾ, ਅਤੇ ਜਿਹੜਾ ਉਹਨਾਂ ਅੱਗੇ ਬੁੱਕ ਕਰਦਾ ਉਹਨਾਂ ਨੂੰ ਜਲ ਛਕਾਈ ਜਾਂਦੇ। ਸ਼ਿਕਾਇਤ ਹੋਈ ਜਿਹੜੇ ਜੀਵਾਂ ਨੇ ਹਜੇ ਮਿਹਨਤ ਨਹੀਂ ਸੀ ਕੀਤੀ, ਜਾਂ ਕੋਈ ਤਨਖਾਹ ਵਾਲੀ ਸੀ ਫੌਜ ਦੇ ਵਿੱਚ, ਉਹਨਾਂ ਸ਼ਿਕਾਇਤ ਕੀਤੀ ਕਿ ਮਹਾਰਾਜ ਅਸੀਂ ਮਸਾਂ ਡੇਕਦੇ ਹਾਂ, ਫਿਰ ਪਾਣੀ ਪਿਆ ਕੇ ਖੜ੍ਹਾ ਕਰ ਦੂੰਗਾ। ਹੁਣ ਮਹਾਰਾਜ ਨੇ ਉਹਨਾਂ ਦਾ ਭਰਮ ਦੂਰ ਕਰਨਾ ਸੀ। ਉਹ ਕਹਿੰਦੇ, ਘਨੱਈਆ ਜੀ, ਤੁਸੀਂ ਕਿਉਂ ਜਲ ਛਕਾਉਂਦੇ ਹੋ? ਤੁਸੀਂ ਗੁਰਮੁਖਾਂ ਨੇ ਸ਼ਿਕਾਇਤ ਕੀਤੀ ਵੀ ਇਹ ਦੁਸ਼ਮਣਾਂ ਨੂੰ ਵੀ ਛਕਾਉਂਦੇ ਨੇ ਅਤੇ ਆਪਣੀ ਫੌਜ ਨੂੰ ਵੀ ਛਕਾਉਂਦੇ ਨੇ। ਉਹ ਕਹਿੰਦੇ, ਮਹਾਰਾਜ, ਮੈਂ ਨਾ ਤਾਂ ਕਿਸੇ ਦੁਸ਼ਮਣ ਨੂੰ ਦੇਖਦਾ, ਨਾ ਕਿਸੇ ਸੱਜਣ ਨੂੰ ਦੇਖਦਾ, ਮੇਰੇ ਵਾਸਤੇ ਨਾ ਕੋਈ ਦੁਸ਼ਮਣ ਹੈ ਨਾ ਕੋਈ ਸੱਜਣ ਆ। ਜਿਸ ਨੂੰ ਮਹਾਰਾਜ ਕਹਿੰਦੇ ਨੇ, ਜਬ ਲੱਗ ਜਾਣੇ ਕੋਈ ਵੈਰੀ ਮੀਤ, ਤਬ ਲੱਗ ਨੇਚਲ ਨਾ ਹੀ ਚੀਤ। ਜਿੰਨਾ ਚਿਰ ਸਾਡੇ ਮਨ ਦਾ ਕਿਸੇ ਨਾਲ ਪਿਆਰ ਆ, ਕਿਸੇ ਨਾਲ ਵਿਰੋਧ ਆ, ਕਿਸੇ ਨੂੰ ਅਸੀਂ ਦੋਸਤ ਸਮਝ ਲਿਆ, ਕਿਸੇ ਨੂੰ ਦੁਸ਼ਮਣ ਸਮਝ ਲਿਆ, ਮਹਾਰਾਜ ਕਹਿੰਦੇ, ਉਨਾ ਚਿਰ ਚਿੱਤ ਜਿਹੜਾ ਸਾਡਾ ਥਿਰ ਨਹੀਂ ਹੈਗਾ। ਸਾਰਿਆਂ ਨੂੰ ਉਸ ਮਾਲਕ ਦਾ ਰੂਪ ਸਮਝਣਾ। ਹੁਣ ਭਾਈ ਘਨੱਈਆ ਜੀ ਇਸ ਚੀਜ਼ ਤੋਂ ਉੱਪਰ ਉੱਠ ਕੇ
ਉਹ ਕਹਿੰਦੇ ਮਹਾਰਾਜ ਮੈਨੂੰ ਸਾਰਾ ਤੁਹਾਡਾ ਰੂਪ ਉਸ ਮਾਲਕ ਦਾ ਰੂਪ ਦਿਸਦਾ ਸਭ ਦੇ ਵਿੱਚ, ਅਤੇ ਮੈਂ ਅੱਗੇ ਜੋ ਵੀ ਉਹ ਕਰਦਾ ਮੈਨੂੰ ਪਾਣੀ ਪਿਆ ਦਿੰਦਾ। ਇਸ ਕਰਕੇ ਗੁਰਮੁਖ ਪਿਆਰਿਓ, ਜੋ ਇਹ ਸਾਰਾ ਸੰਸਾਰ ਹੈ ਉਸ ਮਾਲਕ ਦਾ ਹੀ ਰੂਪ ਹੈ। ਇਹ ਸਰੀਰ ਨੂੰ ਸਰਗੁਣ ਸਰੂਪ ਕਹਿ ਦਿੰਦੇ ਆ, ਅਤੇ ਜਿਹੜਾ ਅੱਗੇ ਇਸ ਨੂੰ ਨਿਰਗੁਣ ਕਹਿ ਦਿੱਤਾ, ਅਤੇ ਆਪ ਉਹ ਨਿਰੰਕਾਰ ਆ। ਸਾਡਾ ਮਨ ਵੀ ਉਸੇ ਤਰ੍ਹਾਂ ਦਾ ਜਿਹੋ ਜਿਹਾ ਉਹ ਪਰਮਾਤਮਾ। ਹੁਣ ਇੱਥੇ ਰੌਲਾ ਕੀ ਹੈ, ਜੇ ਅਸੀਂ ਜਾਗੇ ਹਾਂ ਤਾਂ ਸਾਨੂੰ ਕਿਸੇ ਦਾ ਔਗਣ ਨਹੀਂ ਦਿਸੇਗਾ। ਔਗਣ ਮਨ ਨਹੀਂ ਕਰਦਾ, ਔਗਣ ਇਹਨਾਂ ਪੰਜਾਂ ਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਔਗਣ ਨੇ। ਇਹ ਜਦੋਂ ਇਹ ਸਰੀਰ ਦੇ ਮਾਲਕ ਨੇ ਪਹਿਲਾਂ ਹੀ, ਅਤੇ ਹੁਣ ਮਨ ਦਾ ਧਨ, ਮਨ ਜਦੋਂ ਇਸ ਸਰੀਰ ਨੂੰ ਆਪਦਾ ਸਮਝ ਬੈਠਦਾ ਹੈ ਤਾਂ ਇਹਦਾ ਧਨ ਉਹ ਚੋਰੀ ਕਰਕੇ ਗਲਤ ਇਸਤੇਮਾਲ ਕਰਦੇ, ਅਤੇ ਸਜ਼ਾ ਇਹਨੂੰ ਮਿਲੇਗੀ। ਹੁਣ ਚਿੱਤਰਗੁਪਤ ਰਿਕਾਰਡਿੰਗ ਕਰ ਰਿਹਾ ਸਾਰੀ, ਅਤੇ ਲੇਖਾ ਉਹਦਾ ਮਨ ਨੇ ਦੇਣਾ। ਇਸ ਕਰਕੇ ਜਦੋਂ ਆਪਾਂ ਜਾਗ ਪਏ ਨਾ ਜੀ, ਫਿਰ ਸਾਨੂੰ ਸਾਰਿਆਂ ਦੇ ਅੰਦਰ ਪਰਮਾਤਮਾ ਦਿਸੇਗਾ, ਜਿਹਨੂੰ ਮਹਾਰਾਜ ਕਹਿੰਦੇ ਕਿ ਔਰ ਧਾਰੇ ਅੰਤਰ ਜੋ ਨਾਮ ਸਰਬਮੇ ਪੇਖੇ ਭਗਵਾਨ। ਇਹ ਸਾਰੀ ਖੇਲ ਸਾਨੂੰ ਸਤਸੰਗਤ 'ਚ ਆਉਣ 'ਤੇ ਸਮਝ ਆਉਂਦੀ, ਜਿਹਨੂੰ ਮਹਾਰਾਜ ਕਹਿੰਦੇ ਕਿ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾਹੇ ਬਗਾਨਾ, ਸਗਲ ਸੰਗ ਹਮਕੋ ਬਣਿਆਈ। ਉਹ ਫਿਰ ਗੁਰਮੁਖ ਇਸ ਸੰਸਾਰ ਦੇ ਵਿੱਚ ਕਲਾ ਦੁਆਰਾ ਚੱਲਦੇ ਆ। ਹੁਣ ਦੇਖਦੇ ਤਾਂ ਸਾਰਿਆਂ ਨੂੰ ਰੱਬ ਦਾ ਰੂਪ ਨੇ, ਲੇਕਿਨ ਹੁਣ ਜਿਹੜਾ ਮਨ ਸੁੱਤਾ ਉਹ ਦੁਬਧਾ ਵਿੱਚ ਹੈ, ਉਹਨੂੰ ਫਿਰ ਉਸ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ, ਭਰਮ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦੇ ਕਿ ਕਿਸੇ ਤਰੀਕੇ ਇਹ ਜਾਗ ਪਏ, ਇਹ ਸਮਝ ਜਾਏ ਕਿ ਦੇਸ਼ ਹੀ ਨਹੀਂ ਮੇਰਾ, ਮੈਂ ਇੱਥੋਂ ਦਾ ਰਹਿਣ ਵਾਲਾ ਹੀ ਨਹੀਂ, ਅਤੇ ਇਹਦਾ ਸਾਰਾ ਭਰਮ ਨਿਕਲ ਜਾਏ, ਇਹ ਸਹਿਜ ਸੁਭਾਈ ਤ੍ਰੈਗੁਣਾਂ ਤੋਂ ਉੱਪਰ ਉੱਠ ਜਾਏਗਾ। ਫਿਰ ਇਸ ਨੂੰ ਭੇਤ ਲੱਗੇਗਾ ਕਿ ਜਿਸ ਨੇ ਮੈਨੂੰ ਪੈਦਾ ਕੀਤਾ ਉਹ ਤਾਂ ਮੇਰੇ ਅੰਦਰ ਬਾਹਰ ਹਰ ਥਾਂ ਮੌਜੂਦ ਹੈ। ਮਹਾਰਾਜ ਕੀ ਕਹਿੰਦੇ, ਕਹਿੰਦੇ ਮਨ ਜਹਿ ਜਹਿ ਤੂੰ ਧਾਮਦਾ, ਕਹਿੰਦੇ ਜਿੱਥੇ ਜਿੱਥੇ ਤੂੰ ਜਾਣਨ, ਕਹਿੰਦੇ ਹਰ ਜੀਓ ਤੇਰੇ ਨਾਲੇ, ਕਹਿੰਦੇ ਪਰਮਾਤਮਾ ਤਾਂ ਹਰ ਥਾਂ ਨਾਲ ਹੀ ਹੁੰਦਾ ਤੇਰੇ, ਲੇਕਿਨ ਤੈਨੂੰ ਭਰਮ ਆ ਕਿ ਮੈਨੂੰ ਉਹ ਵੇਖਦਾ ਨਹੀਂ। ਇਸ ਕਰਕੇ ਗੁਰਮੁਖ ਪਿਆਰਿਓ, ਆਪਾਂ ਹੁਣ ਇਸ ਮਨ ਨੂੰ ਜਗਾਉਣਾ, ਅਤੇ ਜਗਾਉਣ ਵਾਸਤੇ ਸਿਮਰਨ, ਗੁਰੂ ਦੀ ਸ਼ਿਕਸ਼ਾ, ਫਿਰ ਅਸੀਂ ਸੱਚ ਦੀ ਪਹਿਚਾਣ ਕਰਾਂਗੇ। ਜਿਸ ਨੂੰ ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀਏ ਜੇ ਸਿੱਖ ਸੱਚੀ ਲਹੇ। ਜਿੰਨਾ ਚਿਰ ਸਾਡਾ ਮਨ ਪੂਰਾ ਨਹੀਂ ਜਾਗਦਾ, ਉਨਾ ਚਿਰ ਸਾਡਾ ਸੰਸਾਰ ਨਾਲੋਂ ਸੰਪਰਕ ਨਹੀਂ ਟੁੱਟਦਾ। ਜੇ ਕਿਸੇ ਨੇ ਸਾਡਾ ਕੋਈ ਨੁਕਸਾਨ ਕਰਦਾ ਤਾਂ ਅਸੀਂ ਉਹਦੇ ਉਲਟ ਹੋ ਜਾਵਾਂਗੇ, ਅੰਦਰੋਂ ਈਰਖਾ ਰੱਖਾਂਗੇ, ਜਦੋਂ ਦਾ ਲੱਗੇਗਾ ਉਸਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ। ਜੇ ਸਾਨੂੰ ਪਤਾ ਲੱਗ ਜਾਏਗਾ ਮਨ ਜਾਗ ਪਿਆ ਵੀ ਇਹ ਤਾਂ ਇੱਕ ਖੇਲ ਹੈ, ਖੇਲ ਦੇ ਵਿੱਚ ਪੁਆਇੰਟ ਫੌਲ ਤਾਂ ਚੱਲਦਾ ਹੀ ਹੈ, ਫਿਰ ਉਹ ਜੀਵ ਐਸਾ ਨਹੀਂ ਚਿਤਾਰਦਾ। ਇਸ ਕਰਕੇ ਗੁਰਮੁਖ ਪਿਆਰਿਓ, ਜੇਕਰ ਸਾਨੂੰ ਕਿਸੇ ਦੇ ਨਾਲ ਦੁਬਧਾ ਆਉਂਦੀ ਹੈ, ਕਿਸੇ ਦੇ ਨਾਲ ਨਫ਼ਰਤ ਆਉਂਦੀ ਹੈ, ਕਿਸੇ ਨਾਲ ਅਸੀਂ ਧੜੇਬੰਦੀ ਚਲੇ ਗਏ, ਇਹਦਾ ਮਤਲਬ ਇਹ ਪੰਜੇ ਜਣੇ ਸਾਡੀ ਸਵਾਸਾਂ ਰੂਪੀ ਪੂੰਜੀ ਨੂੰ ਲੁੱਟ ਰਹੇ ਨੇ, ਇਹ ਠੱਗ ਬਣ ਕੇ ਸਾਡੇ ਨਾਲ ਧੋਖਾ ਕਰ ਰਹੇ ਨੇ, ਚੋਰ ਬਣ ਕੇ ਸਾਡਾ ਅੰਮ੍ਰਿਤ ਲੁੱਟ ਰਹੇ ਨੇ, ਕਿਸਾਨ ਬਣ ਕੇ ਸਾਨੂੰ ਇੱਥੇ ਖੇਲ ਖਿਲਾ ਰਹੇ ਨੇ, ਦੂਤ ਬਣ ਕੇ ਸਾਨੂੰ ਸਜ਼ਾ ਦੇਣਗੇ। ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਜੋ ਗੁਰਬਾਣੀ ਗੁਰੂ ਸਾਨੂੰ ਸਮਝਾਉਂਦੇ ਉਸਨੂੰ ਸਮਝੀਏ। ਅਤੇ ਮਹਾਰਾਜ ਕਹਿੰਦੇ ਪੁੱਤ ਸੁਣੋ, ਤੁਸੀਂ ਕਿਸੇ ਭਰਮ 'ਚ ਨਾ ਪਾਓ, ਸਿਰਫ ਇਸ ਨਾਮ ਨੂੰ ਅੰਦਰੋਂ ਸੁਣੋ, ਇਹਦੇ ਨਾਲ ਜੁੜੋ, ਜਿਹਨੂੰ ਸਤਨਾਮ ਕਹਿਤਾ, ਇਹ ਸੱਚਾ ਨਾਮ ਹੈ, ਇਹ ਮਿਟਣ ਵਾਲਾ ਨਹੀਂ, ਸਤਨਾਮ ਇਸ ਕਰਕੇ ਨੂੰ ਕਹਿੰਦੇ, ਖਤਮ ਹੋਣ ਵਾਲਾ ਨਹੀਂ। ਜਦੋਂ ਤੁਸੀਂ ਇਹਦੇ ਨਾਲ ਜੁੜੋਗੇ ਨਾ, ਤੁਹਾਡੇ ਮਨ ਦੀਆਂ ਸਾਰੀਆਂ ਇੱਛਾ ਪੂਰੀਆਂ ਇਹ ਨਾਮ ਕਰੇਗਾ, ਇਹ ਸੰਸਾਰ ਵਿੱਚ ਨਹੀਂ ਹੋ ਸਕਦੀਆਂ। ਸੰਸਾਰ ਦੇ ਵਿੱਚੋਂ ਤਾਂ ਸਿਰਫ ਤਨ ਵਾਸਤੇ ਹੈ, ਤੁਸੀਂ ਅੱਛਾ ਖਾ ਸਕਦੇ ਹੋ, ਅੱਛਾ ਪਹਿਨ ਸਕਦੇ ਹੋ, ਅੱਛੀ ਸਵਾਰੀ ਕਰ ਸਕਦੇ ਹੋ, ਇੱਥੋਂ ਦਾ ਤਨ ਇਕੱਠਾ ਕਰ ਸਕਦੇ ਹੋ, ਲੇਕਿਨ ਖਾਣਾ ਤੁਸੀਂ ਸੀਮਿਤ ਆ, ਬਾਕੀ ਜੋੜੀ ਜਾਂਦੇ ਹੋ। ਮਹਾਰਾਜ ਕੀ ਕਹਿੰਦੇ, ਕਹਿੰਦੇ ਮੂਰਖ ਮਾਣਾ ਕਾਹੇ ਕਰਸੈ ਮਾਣਾ, ਕਾਹਦਾ ਮਾਣ ਕਰੀ ਜਾਂਦਾ, ਮੇਰੇ ਕੋਲ ਇੰਨੀ ਜ਼ਮੀਨ, ਮੇਰਾ ਐਡਾ ਘਰ, ਆ ਪੈਸਾ ਮੇਰੇ ਕੋਲ, ਮੇਰਾ ਪਰਿਵਾਰ,
ਕਹਿੰਦੇ ਮੂਰਖ ਮਾਣ ਕਾਹੇ ਕਰ ਸੈ ਮਾਣਾ, ਉੱਠ ਚੱਲਣਾ ਖਸਮੇ ਪਾਉਣਾ। ਜਦੋਂ ਸੰਦੇਸ਼ਾ ਆਇਆ ਤੈਨੂੰ ਜਾਣਾ ਪੈਣਾ, ਕੀ ਕਰੀ ਜਾਂਦਾ। ਕਹਿੰਦੇ ਕਿਸ ਖਾ ਜਾਈਏ ਕਿਸ ਧਰ ਜਾਈਏ ਜੇ ਬਹੁਤ ਦੁਨੀਆਂ ਆਈਏ। ਕਹਿੰਦੇ ਫਿਰ ਤਾਂ ਤੂੰ ਜੋੜ ਕੇ ਜਾ ਨਾ, ਜੇ ਦੁਬਾਰੇ ਫਿਰ ਇੱਥੇ ਆ ਕੇ ਜਨਮ ਲੈ ਲੇਗਾ ਅਤੇ ਤੈਨੂੰ ਰੋਜ਼ ਤਾਂ ਰਾਤ ਨੂੰ ਪਤਾ ਨਹੀਂ ਲੱਗਦਾ ਜਦੋਂ ਤੂੰ ਦੇਹ ਛੱਡਦਾ ਕਿੱਥੇ ਜਾਣਾ, ਅਤੇ ਹਜੇ ਤੇਰੇ ਕੋਲ ਸਵਾਸਾਂ ਦਾ ਧਨ ਆ, ਅਤੇ ਜਿੱਦਣ ਖਤਮ ਹੋ ਗਿਆ ਤਾਂ ਫੜ ਕੇ ਕਿਸੇ ਜੂਨ 'ਚ ਖੋਤਾ ਘੋੜਾ ਬਣਾ ਦੇਣਗੇ, ਫਿਰ ਕੀ ਕਰੇਗਾ, ਕਿਵੇਂ ਆ ਕੇ ਵਰਤੇਗਾ ਇਸ ਜਾਇਦਾਦ ਨੂੰ ਜਿਸ ਨੂੰ ਤੂੰ ਜੋੜਨ 'ਤੇ ਲੱਗਾ ਹੋਇਆ। ਇਸ ਕਰਕੇ ਮਹਾਰਾਜ ਕਹਿੰਦੇ ਮੂਰਖ ਮਾਣ ਕਾਹੇ ਕਰ ਸੈ ਮਾਣਾ, ਉੱਠ ਚੱਲਣਾ ਖਸਮੇ ਪਾਉਣਾ। ਤਜ ਸਾਧ ਸਹਿਜ ਸੁੱਖ ਹੋਈ, ਕਹਿੰਦੇ ਛਾਡੇ ਸਵਾਦ ਸਾਰੇ, ਸਹਿਜ ਚੱਲ ਅਤੇ ਉੱਥੇ ਸੁੱਖ ਆ, ਉੱਥੋਂ ਨਾਮ ਸੁਣੇਗਾ। ਤਜ ਸਾਧ ਸਹਿਜ ਸੁੱਖ ਹੋਈ, ਘਰ ਛੱਡਣੇ ਰਹੇ ਨਾ ਕੋਈ, ਕਿਸ ਖਾਜੇ ਕਿਸ ਧਰ ਜਾਈਏ ਜੇ ਬਹੁਤ ਦੁਨੀਆਂ ਆਈਏ। ਇਸ ਕਰਕੇ ਸਾਨੂੰ ਵਾਰ ਵਾਰ ਗੁਰਬਾਣੀ ਸਮਝਾਉਂਦੀ ਆ। ਤੁਸੀਂ ਦੇਖੋ ਇੰਨੀ ਕੁ ਥਾਂ ਦੇ ਵਿੱਚ ਆਪਾਂ ਕਿੰਨੇ ਜੀਅ ਬੈਠੇ, ਇੰਨੇ ਹੋਰ ਬਹਿ ਸਕਦੇ, ਇੱਥੇ ਕਿੰਨੀ ਕੁ ਜਗ੍ਹਾ ਚਾਹੀਦੀ ਸਾਨੂੰ, ਲੇਕਿਨ ਇਹ ਭਰਮ 'ਚ ਪਾ ਕੇ ਸਾਨੂੰ ਦ੍ਰਿਸ਼ਟਮਾਨ ਨਾਲ ਜੁੜੀ ਰੱਖਦੇ, ਘਰ ਦਾ ਕੰਮ ਸਾਨੂੰ ਕਰਨ ਨਹੀਂ ਦਿੰਦੇ। ਇਸ ਕਰਕੇ ਮਹਾਰਾਜ ਗੁਰਬਾਣੀ ਵੀ ਸਮਝਾਉਂਦੇ ਸਾਨੂੰ, ਕਹਿੰਦੇ ਆਏ ਤੁਸੀਂ ਵਪਾਰ ਕਰਨ ਸੀ, ਨਾਮ ਖਰੀਦਣ ਸੱਚ ਨੂੰ ਮਿਲਣ ਵਾਸਤੇ, ਲੇਕਿਨ ਇੱਥੇ ਆ ਕੇ ਸੌਂ ਗਏ। ਮਹਾਰਾਜ ਸਾਨੂੰ ਗੁਰਬਾਣੀ ਵੀ ਸਮਝਾਉਣ ਲੱਗੇ, ਕਹਿੰਦੇ ਮਾਇਆ ਕਾਮ ਵਿਆਪਿਆ ਬੁੱਝੇ ਨਾਹੀਂ ਗਵਾਰ, ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ, ਅੰਧੇ ਤੂੰ ਬੈਠਾ ਕੰਧੀ ਪਾਏ, ਜੇ ਪੂਰਬ ਹੋਵੇ ਲਿਖਿਆ ਤਾਂ ਗੁਰ ਕਾ ਸ਼ਬਦ ਕਮਾਏ। ਅੱਜ ਉਹ ਆਪ ਜੀ ਗੁਰੂ ਦਾ ਸ਼ਬਦ ਕਮਾ ਰਹੇ ਹੋ ਨਾ, ਸੁਬਹਾ ਸ਼ਾਮ ਹਫ਼ਤੇ ਬਾਅਦ ਫਿਰ ਮਹੀਨੇ 4 ਦਿਨ ਦਾ ਸਮਾਗਮ, ਇਹ ਆਪਣੇ ਪੁਰਬਲੇ ਭਾਗਾਂ ਦੀ ਨਿਸ਼ਾਨੀ ਆ। ਜਿਹੜਾ ਆਪਣਾ ਰਹਿੰਦਾ ਸਫ਼ਰ ਸੀ ਉਸ ਨੂੰ ਪੂਰਾ ਕਰਨ ਵਾਸਤੇ ਆਪਾਂ ਆਏ ਹਾਂ। ਇਸ ਕਰਕੇ ਗੁਰਮੁਖ ਪਿਆਰਿਓ, ਸਾਨੂੰ ਗੁਰਬਾਣੀ ਗੁਰੂ ਨੇ ਸਾਵਧਾਨ ਕਰ ਦਿੱਤਾ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਤੇ ਮਹਾਰਾਜ ਕਹਿੰਦੇ ਤੂੰ ਉਹਨੂੰ ਮਿਲ ਤਾਂ ਸਹੀ, ਨਾਮ ਨੂੰ ਪ੍ਰਾਪਤ ਤਾਂ ਕਰ, ਸੰਗਤ ਵਿੱਚ ਜਾ ਤਾਂ ਸਹੀ, ਅਤੇ ਇਸ ਨਾਮ ਨੇ ਤੈਨੂੰ ਲੋਕ ਅਤੇ ਪ੍ਰਲੋਕ ਦੇ ਸਾਰੇ ਸੁੱਖ ਦੇਣੇ ਆ। ਤੂੰ ਕਿਸੇ ਭਰਮ 'ਚ ਨਾ ਪੈ ਕਿ ਜੇ ਮੈਨੂੰ ਨਾਮ ਮਿਲ ਗਿਆ ਤਾਂ ਮੈਨੂੰ ਇਸ ਲੋਕ ਦੇ ਸੁੱਖ ਨਹੀਂ ਮਿਲਣਗੇ। ਮਹਾਰਾਜ ਸਾਨੂੰ ਗੁਰਬਾਣੀ ਵੀ ਸਮਝਾਉਂਦੇ, ਕਹਿੰਦੇ ਇੱਛਾ ਪੂਰਵਕ ਸਰਬ ਸੁੱਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁੱਖ ਪਾਵੇ ਮੇਰੇ ਮਨਾਂ। ਮਹਾਰਾਜ ਫਿਰ ਕੀ ਸਮਝਾਉਂਦੇ, ਕਹਿੰਦੇ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ। ਕਹਿੰਦੇ ਤੁਸੀਂ ਇਸ ਨਾਮ ਨੂੰ ਧਿਆਓ, ਇਹਦੇ ਨਾਲ ਜੁੜੋ, ਅਤੇ ਜਿਵੇਂ ਜਿਵੇਂ ਤੁਸੀਂ ਜੁੜਦੇ ਜਾਓਗੇ ਨਾ, ਆਪਾਂ ਅੱਗੇ ਵੀ ਕਿੰਨੇ ਵਾਰੀ ਵਿਚਾਰ ਕਰਦੇ ਹਾਂ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਦੇਖੋ ਤੁਸੀਂ ਗੁਰੂ ਸਾਹਿਬਾਂ ਨੇ ਸਾਡੇ ਵਾਸਤੇ ਐਸੇ ਪੂਰਨੇ ਪਾਏ, ਪੰਜਵੇਂ ਪਾਤਸ਼ਾਹ ਤੋਂ ਕਿੰਨੀਆਂ ਸ਼ਹੀਦੀਆਂ ਹੋਈਆਂ, ਸਾਡਾ ਭਰੋਸਾ ਬਣਾਉਣ ਵਾਸਤੇ ਕਿ ਸਮਝ ਜਾਣ ਇਸ ਖੇਲ ਨੂੰ, ਜੋ ਗੁਰਬਾਣੀ ਕਹਿੰਦੀ ਇਸ ਨੂੰ ਮੰਨ ਲੈਣ। ਇਸ ਜੇ ਹੁਣ ਅਸੀਂ ਇਸ ਨੂੰ ਮੰਨਾਂਗੇ ਤਾਂ ਸੁੱਖ ਲਵਾਂਗੇ। ਦੇਖੋ ਇੱਕ ਬੰਦਾ 125,000 ਨਾਲ ਕਿਵੇਂ ਲੜ ਸਕਦਾ, ਉਹਨਾਂ 'ਚ ਐਸੀ ਸ਼ਕਤੀ ਕਿੱਥੋਂ ਆ ਗਈ, ਕਿਉਂਕਿ ਉਹ ਨਾਮ 'ਚ ਸਮਾਏ, ਸੱਚ ਦੇ ਸਨਮੁੱਖ ਹੋਏ, ਉਹਨਾਂ ਨੇ ਗੁਰੂ ਦਾ ਬਚਨ ਕਮਾਇਆ ਤਾਂ ਕਰਕੇ ਇਸ ਅਵਸਥਾ 'ਚ ਗਏ ਉਹ। ਅਤੇ ਹੁਣ ਸਾਨੂੰ ਮਹਾਰਾਜ ਕਹਿੰਦੇ ਵੀ ਤੁਸੀਂ ਨਾਮ ਨੂੰ ਸੁਣੋ ਅਤੇ ਸਾਰੇ ਝੰਝਟ ਹੀ ਖਤਮ, ਨਾਮ ਦੇ ਨਾਲ ਜੁੜੋ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ। ਹੁਣ ਗੁਰੂ ਤਾਂ ਨਹੀਂ ਝੂਠ ਬੋਲਦਾ ਜੀ, ਕਿ ਬੋਲਦਾ ਨਹੀਂ ਨਾ ਬੋਲਦਾ, ਕਿਉਂਕਿ ਉਹਦਾ ਜੋ ਬੋਲਦਾ ਉਹ ਅਟਲ ਹੈ, ਸਾਧ ਬਚਨ ਅਟਲਾਦਾ। ਇਹ ਜਿਹੜੇ ਗੁਰਮੁਖ ਜਿਨ੍ਹਾਂ ਦੀ ਗੁਰਬਾਣੀ ਨੇ ਗੁਰਬਾਣੀ ਹੈ, ਕੋਈ ਗੁਰਮੁਖ ਸੀ, ਕੋਈ ਸਾਧੂ ਸੀ, ਕੋਈ ਸੰਤ ਸੀ, ਕੋਈ ਭਗਤ ਸੀ, ਕੋਈ ਗੁਰੂ ਸੀ, ਕੋਈ ਸਤਿਗੁਰ ਸੀ, ਅਤੇ ਉਹਨਾਂ ਦੀ ਰਸਨਾ ਦਾ ਮਾਲਕ ਆਪ ਇਸਤੇਮਾਲ ਕਰਦਾ ਸੀ। ਅਤੇ ਮਹਾਰਾਜ ਕਹਿੰਦੇ ਵੀ ਹੁਣ ਤੁਸੀਂ ਨਾਮ ਨੂੰ ਆਧਾਰ ਬਣਾ ਲਓ, ਉਸ ਤੋਂ ਅੱਗੇ ਮਾਲਕ ਦੇ ਸਨਮੁੱਖ ਹੋ ਜਾ ਜੇ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ।
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ। ਹੁਣ ਆਪਾਂ ਇਸ ਗੁਰਬਾਣੀ ਨੂੰ ਯਾਦ ਰੱਖਣਾ, ਗੁਰੂ ਸਾਡਾ, ਜੇ ਕਿਤੇ ਸਾਡਾ ਮਨ ਦੁਖੀ ਹੋਣ ਲੱਗਦਾ, ਇਹ ਪੰਜ ਜਣੇ ਦੁੱਖ ਦਿੰਦੇ ਨੇ, ਇਹਨਾਂ ਦੀ ਡਿਊਟੀ ਕੀ ਹੈ, ਇਹਨਾਂ ਨੇ ਸਾਨੂੰ ਪਰਮਾਤਮਾ ਨੂੰ ਵਿਸਾਰ ਦੇਣਾ ਹੁੰਦਾ, ਨਾਮ ਨੂੰ ਵਿਸਾਰ ਦੇਣਾ ਹੁੰਦਾ। ਜਦੋਂ ਨਾਮ ਅਤੇ ਸੱਚ ਸਾਨੂੰ ਵਿਸਰ ਜਾਂਦਾ ਹੈ, ਮਹਾਰਾਜ ਕਹਿੰਦੇ ਫਿਰ ਇਹ ਜਮਾਂ ਦਾ ਰੂਪ ਧਾਰਨ ਕਰਕੇ ਸਾਨੂੰ ਜਿਉਂਦੇ ਆ, ਚਿੰਤਾ 'ਚ ਲੈ ਜਾਂਦੇ ਆ, ਦੁਬਧਾ 'ਚ ਲੈ ਜਾਂਦੇ ਆ।